ठीक है ਤੇ ਮੈਂ 32 ਹਸਪੀਟਲ ਆਪਰੇਸ਼ਨ ਕਰਾਇਆ ਸੀਗਾ। ਅੱਛਾ ਜੀ, ਕਦੋਂ ਕਰਾਇਆ ਸੀ? ਮੈਨੂੰ ਹੋ ਗਏ 1 ਸਾਲ ਹੋ ਗਏ। 1 ਸਾਲ ਪਹਿਲਾਂ ਕਰਾਇਆ? ਹਾਂਜੀ। ਅੱਛਾ ਜੀ, ਤੋਂ ਥੋੜੇ ਚਿਰ ਸੈੱਟ ਰਿਹਾ, ਫਿਰ ਉਸ ਤੋਂ ਬਾਅਦ ਫਿਰ ਬਿਮਾਰੀ ਆ ਗਈ। ਅੱਛਾ, ਫਿਰ ਹੋ ਗਿਆ। ਹਾਂਜੀ, ਠੀਕ ਹੈ। ਤੋਂ ਫਿਰ ਮੈਂ ਦਵਾਈ ਦਵਾਈ ਖਾਈ, ਲੋਕਡਾਊਨ ਲੱਗ ਗਿਆ, ਫਿਰ ਉਸ ਤੋਂ ਬਾਅਦ ਫਿਰ ਬਹੁਤ ਤੰਗ ਹੋ ਗਏ। ਅੱਛਾ ਜੀ, ਤੋਂ ਹੁਣ ਫਿਰ ਮੈਨੂੰ ਰਾਣਾ ਹਸਪੀਟਲ ਦਾ ਪਤਾ ਲੱਗਿਆ ਸੀ। ਅੱਛਾ, ਤੁਸੀਂ ਉਹਨਾਂ ਨੇ ਫਿਰ ਤੁਹਾਨੂੰ ਸਾਰਾ ਸਮਝਾਇਆ ਵੀ ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਰਾਣਾ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਾਓ। ਹਾਂਜੀ, ਤੁਸੀਂ ਇੱਥੇ ਆਇਆ ਤੇ ਰਾਣਾ ਹਸਪਤਾਲ 'ਚ ਆਪਣਾ ਡਾਕਟਰ ਨੂੰ ਮਿਲੇ, ਤੁਸੀਂ ਆਪਣਾ ਟ੍ਰੀਟਮੈਂਟ ਕਰਾਇਆ, ਸਟਾਫ ਹੋਸਪਿਟਲ ਦੀ ਸਰਵਿਸ, ਕਿਸ ਤਰ੍ਹਾਂ ਤੁਹਾਨੂੰ ਸਾਰਾ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ? ਦੇਖੋ ਜੀ, ਆਪਾਂ ਨੂੰ ਬਹੁਤ ਵਧੀਆ ਆਪਣੇ ਘਰ ਵਰਗਾ ਲੋਕ ਮਿਲਿਆ। ਹਾਂਜੀ ਹਾਂਜੀ, ਆਪਾਂ ਨੂੰ ਕੋਈ ਦਿੱਕਤ ਨਹੀਂ ਆਈ। ਠੀਕ ਹੈ, ਸਾਡਾ ਬਹੁਤ ਵਧੀਆ ਇਲਾਜ ਹੋ ਗਿਆ। ਠੀਕ ਹੈ, ਜੋ ਵੀ ਸਵੇਰੇ ਦਿੱਕਤ ਸੀਗੀ, ਇੰਨੀ ਜਿਆਦਾ ਪਰੇਸ਼ਾਨੀ ਸੀ, ਉਹ ਸਾਰੀ ਖਤਮ ਹੋ ਗਈ। ਮੈਂ ਕਹਿ ਰਿਹਾ ਸਵੇਰੇ ਤਾਂ ਬਹੁਤ ਤੰਗ ਸੀਗਾ ਮੈਂ। ਹਾਂਜੀ ਹਾਂਜੀ, ਹੁਣ ਬਹੁਤ ਵਧੀਆ ਫੀਲ ਕਰ ਰਿਹਾ ਵੀ, ਮਤਲਬ ਜਿਹੜਾ ਜਾ ਐਂਡ ਸੋਫੀ ਹੋ। ਠੀਕ ਹੈ, ਬਹੁਤ ਮਰੀਜ਼ ਜੀ ਇਸ ਤਰ੍ਹਾਂ ਤੁਹਾਡੇ ਵਾਂਗੂ ਬਹੁਤ ਇਸ ਬਿਮਾਰੀ ਨਾਲ ਲੜ ਰਹੇ ਨੇ, ਜੂਝ ਰਹੇ ਨੇ, ਉਹਨਾਂ ਮਰੀਜ਼ਾਂ ਨੂੰ ਤੁਸੀਂ ਆਪਣੇ ਵੱਲੋਂ ਇੱਕ ਮੈਸੇਜ ਦਿਓ ਵੀ ਉਹਨਾਂ ਨੂੰ ਕਿਵੇਂ ਟ੍ਰੀਟ ਕਰਨਾ ਚਾਹੀਦਾ ਆਪਣੇ ਆਪ ਨੂੰ। ਆਪਾਂ ਬਹੁਤ ਬਹੁਤ ਸਭ ਨੂੰ ਕਰਦੇ ਹਾਂ ਵੀ ਬਹੁਤ ਵਧੀਆ ਇਲਾਜ ਹੈ, ਆਪਣਾ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਹਾਂਜੀ, ਵੀ ਪ੍ਰੋਪਰ ਇਲਾਜ ਬਹੁਤ ਟੋਪ ਹੈ। ਹਾਂਜੀ ਵੀ ਜਿੱਦਾਂ ਮਰਜ਼ੀ ਹੋਰ ਪਾਸੇ ਧੱਕੇ ਖਾਣ ਦੀ ਕੋਈ ਲੋੜ। ਹਾਂਜੀ ਹਾਂ, ਆਪਣਾ ਆਪੇ ਟ੍ਰੀਟਮੈਂਟ ਕਰੋ। ਠੀਕ ਹੈ, राणा हॉस्पिटल की यही है रीत, फिस्चुला पर होगी सदा ही जीत।